बहुत ही सत्कारयोग कच्चे मुलाजम साथियो, तुहानू पता जिवें अपनी अज रैली आ, वड्डे काफले लैके पहुंचना खुराणा पिंड टैंकी वाले एक्शन दे स्थान ते पहुंचना। लोकेशन आपां पा दित्ती आ ग्रुपां दे विच। मैनू इह वी जानकारी आ वी तुसीं वड्डे काफले नाल पहुंच रहे हो, गुस्सा कढ़न पहुंच रहे हो। अपना जिहड़ा गुस्सा तुहानू सरकार ते चढ़िया, भगवंत मान ते चढ़िया होया ना जिहड़ा गुस्सा, इह गुस्से नूं ना अंदर रखियो, कढ़ियो वी ते फिर वी रखियो, जिन्ना चिर साडी मंग नहीं ना पूरी हुंदी। इह गुस्से नूं ठंडा ना होण दे दिओ। ये गुस्सा आऊगा उसे नूं ही देखो जिहदी समझ है। ये लड़ाई कल्ली रौले रप्पे की लड़ाई नहीं, कच्चे पक्कियां की लड़ाई नहीं हैगी, लड़ाई थोड़ी जी समझ वाले बंदियां की लड़ाई भी आ। हुण सरकार ने तां ये देखो समाज दे विच ऐलान करता भी असी कच्चियां नूं पक्के कर दिता। हुण ये साडी समझ है दोस्तो, असी पढ़े लिखे होण दे बावजूद भी अनवड़ा वर्गा बिहेवियर करना है जां वाकई पढ़े लिखे कहाउणा गा, ਇਹ ਸਾਡੀ ਸਮਝ ਤੇ ਆ। ਵੀ ਭਗਵੰਤ ਮਾਨ ਦੁਆਰਾ, ਮੁੱਖ ਮੰਤਰੀ ਪੰਜਾਬ ਦੁਆਰਾ ਐਲਾਨ ਕੀਤਾ ਜਿਹੜਾ ਪੱਕੇ ਕਰਨ ਦਾ, ਵੀ ਉਹਨੂੰ ਅਸੀਂ ਕਿਵੇਂ ਮੰਨਦੇ ਹਾਂ, ਵੀ ਉਹ ਵਾਕਈ ਪੱਕੇ ਕੀਤਾ ਜਾਂ ਅਸੀਂ ਆਪਣੀ ਸਾਡੀ ਸਮਝ ਬਣਦੀ ਆ ਵੀ ਸਾਨੂੰ ਪੱਕੇ ਨਹੀਂ ਕੀਤਾ, ਸਾਨੂੰ ਪੱਕੇ ਕਰਨ ਦਾ ਟਕਵਾਂਜ ਰਚਿਆ ਤੇ ਪੰਜਾਬ ਦੇ ਆਮ ਲੋਕਾਂ ਨੂੰ ਬੁੱਧੂ ਬਣਾ ਰਿਹਾ ਮੁੱਖ ਮੰਤਰੀ ਪੰਜਾਬ, ਤੇ ਅਸੀਂ ਉਹ ਬੁੱਧੂ ਪੰਜਾਬ ਦੇ ਲੋਕਾਂ ਨੂੰ ਬਣਨ ਨਹੀਂ ਦੇਣਾ ਤੇ ਸਾਡੀ ਜ਼ਿੰਦਗੀ ਨਾਲ ਖਿਲਵਾੜ ਅਸੀਂ ਕਰਨ ਨਹੀਂ ਦੇਣਾ। ਸੋ ਦਫ਼ਤਰੀ ਕਰਮਚਾਰੀਆਂ ਵੱਲੋਂ 6 ਤਰੀਕ ਤੋਂ ਕਲਮ ਛੋੜ ਹੜਤਾਲ ਦਾ ਐਲਾਨ ਕੀਤਾ ਗਿਆ। ਬਹੁਤ ਵੱਡੀ ਗੱਲ ਹੈਗੀ, ਸਮਝ ਹੈਗੀ, ਇੱਕ ਸਮਝ। ਜਿਹੜੇ ਲੋਕ ਸਮਝ ਦੇ ਆਧਾਰ 'ਤੇ ਚੱਲ ਰਹੇ ਨੇ ਉਹ ਕਲਮ ਛੋੜ ਹੜਤਾਲਾਂ ਵੀ ਕਰਨਗੇ, ਉਹ ਮੁਜ਼ਾਹਰੇ ਵੀ ਕਰਨਗੇ, ਉਹ ਸਰਕਾਰ ਨਾਲ ਟੱਕਰ ਵੀ ਲੈਣਗੇ। ਜਿੱਤਾਂ ਹਾਰਾਂ ਸਮਾਂ ਦੱਸੂਗਾ। ਸੋ ਮੈਂ ਅੱਜ ਕਈ ਗੱਲਾਂ ਤੁਹਾਨੂੰ ਕਲੀਅਰ ਕਰਨ ਦੀ ਕੋਸ਼ਿਸ਼ ਕਰੂੰਗਾ। ਵੈਸੇ ਤਾਂ ਮੇਰਾ ਰੋਜ਼ ਜ਼ੋਰ ਲੱਗਿਆ ਰਹਿੰਦਾ ਤੁਹਾਨੂੰ, ਮੇਰੀ 2-3 ਤਰ੍ਹਾਂ ਦੀ ਲੜਾਈ ਚੱਲੀ ਜਾਂਦੀ ਹੈ, ਇੱਕ ਤਾਂ ਸਰਕਾਰ ਨਾਲ, ਇੱਕ ਸਾਡੇ ਲੋਕਾਂ ਨੂੰ ਗੱਲ ਸਮਝਾਉਣ ਦੇ ਲਈ, ਅਤੇ ਇੱਕ ਜਿਹੜੇ ਸਾਡੀ ਅਸੀਂ ਥੋੜ੍ਹਾ ਜਿਹਾ ਆਪਦੇ ਆਪ ਨੂੰ 2 ਕਦਮ ਅੱਗੇ ਵਧਾਉਣੇ ਆ ਜਦੋਂ ਸਰਕਾਰ ਦੇ ਟੇਬਲ ਤੱਕ ਇਹ ਗੱਲ ਲੈ ਕੇ ਜਾਂਦੇ ਹਾਂ ਵੀ ਸਾਡੇ ਨਾਲ ਐਂ ਧੋਖਾ ਕਰਿਆ, ਆਹ ਚੀਜ਼ ਕਰੋ, ਤਾਂ ਸਾਡੇ ਆਪਦੇ ਲੋਕ ਲੱਤ ਫੜ ਕੇ ਪਿੱਛੇ ਖਿੱਚ ਲੈਂਦੇ ਆ। ਉਹਨਾਂ ਦਾ ਇੱਕੋ ਹੀ ਸ਼ਬਦ ਹੁੰਦਾ, ਸਾਨੂੰ ਮਨਜ਼ੂਰ ਹੈ। ਕੀ ਮਨਜ਼ੂਰ ਹੈ ਦੱਸ ਤਾਂ ਦਿਓ, ਇਹ ਕੀ ਹੈ, ਇਹ ਕੀ ਮਨਜ਼ੂਰ ਕਰ ਰਹੇ ਹੋ? ਇਹਦੇ ਨਾਲ ਸਿਰਫ ਇੰਨਾ ਕੁ ਸ਼ਬਦ ਜੁੜਿਆ ਵੀ ਸਾਨੂੰ ਥੋੜ੍ਹੀ ਜਿਹੀ ਰਾਹਤ ਆਜੂ, 6 ਮਹੀਨੇ ਰਾਹਤ ਆਜੂ, ਪਰ ਤੁਸੀਂ ਇਹ ਨਹੀਂ ਸੋਚਦੇ ਵੀ ਅਸੀਂ ਕਿੰਨੇ ਸਮੇਂ ਲਈ ਵਾਉਂਡ ਹੋ ਜਾਵਾਂਗੇ। ਤੋ ਤੁਹਾਨੂੰ, ਤੁਹਾਡੇ ਵੱਲੋਂ ਮੈਂ ਤੁਹਾਡੇ ਸ਼ਬਦਾਂ ਦੇ ਵਿੱਚ ਗੱਲ ਰੱਖਦਾ, ਤੁਹਾਡੇ ਵੱਲੋਂ ਇਹ ਹੁੰਦਾ ਵੀ ਹਾਂਜੀ ਇੱਕ ਵਾਰੀ ਇਹ ਲੈ ਲਓ, ਜਿਹੜਾ ਲੈਟਰ ਦੇਣਗੇ ਉਹ ਜੁਆਇਨ ਕਰਾਉਣਗੇ, ਜਿਹੜਾ ਕੁਛ ਵੀ ਦੇਣਗੇ ਇਹ ਫਰਲਾ ਉਹਦੇ ਵਿੱਚ ਲਿਖੇ ਹੋਣਗੀਆਂ ਗੱਲਾਂ, ਕੀ ਲਿਖਿਆ ਆਊਗਾ ਉਹਦੇ ਵਿੱਚ ਫਿਰ ਲਿਖਵਾਓ, ਕੀ ਲਿਖਵਾਉਣਾ ਤੁਸੀਂ ਉਹਦੇ ਵਿੱਚ ਲਿਖਾਓ ਵੀ 23,500 ਨੂੰ ਅਸੀਂ ਬੇਸਿਕ ਪੇ ਮੰਨਦੇ ਹਾਂ, ਪੇ ਸਕੇਲ ਦੇ ਆਧਾਰ 'ਤੇ ਫਿੱਟ ਕਰਦੇ ਹਾਂ, ਅਸੀਂ ਮਨਜ਼ੂਰ ਕਰਾਂਗੇ, ਟੈਂਕੀ 'ਤੇ ਬੈਠੇ ਵਾਲੇ ਵੀ ਮਨਜ਼ੂਰ ਕਰਾਂਗੇ। ਸਾਡੀ ਉਸ 23,500 ਦੇ ਵਿੱਚੋਂ 10% ਸਾਡਾ CPF ਕੱਟਿਆ ਜਾਵੇ, 2,350 ਰੁਪਏ ਕੱਟੇ ਜਾਣ, ਅਸੀਂ ਮਨਜ਼ੂਰ ਕਰਾਂਗੇ। ਬਾਕੀ CSR ਰੂਲ ਲਿਖ ਦੇਣ, ਲਾਗੂ ਹੋਣਗੇ ਸਾਰੇ ਪੱਤੇ ਸਾਡੇ 'ਤੇ ਲਾਗੂ ਹੋਣਗੇ, ਲਿਖ ਦੇਣ ਉਹਦੇ ਵਿੱਚ। 5% ਇੰਕਰੀਮੈਂਟ ਕਿੱਧਰੋਂ ਆ ਗਿਆ, ਇਹ ਤਾਂ ਹੁੰਦਾ ਹੀ ਨਹੀਂ, 3% ਇੰਕਰੀਮੈਂਟ ਹੁੰਦਾ ਮੁਲਾਜ਼ਮਾਂ ਦਾ, ਸਾਨੂੰ 5 ਨਹੀਂ ਚਾਹੀਦਾ, ਸਾਨੂੰ 3% ਚਾਹੀਦਾ, ਸਾਨੂੰ 23,500 ਤੋਂ ਵੱਧ ਤਨਖਾਹ ਨਹੀਂ ਚਾਹੀਦੀ, ਸਾਨੂੰ 23,500 ਦਾ ਪੇ ਸਕੇਲ ਲਾਗੂ ਕਰ ਦੇਣ, ਬੇਸਿਕ ਪੇ ਬਣਾ ਦੇਣ ਸਾਡੀ ਇਹਨੂੰ 23,500 ਨੂੰ, ਇਹਦੇ ਵਿੱਚੋਂ ਸਾਡਾ CPF ਕੱਢ ਲੈਣ, 2,350 ਰੁਪਏ ਜੋੜ ਲਓ, ਮੰਗਰ ਕਿੰਨੇ ਰਹਿ ਗਏ, ਜਿੰਨੇ ਰਹਿ ਗਏ ਉਹ ਸਾਡੇ ਅਕਾਊਂਟ 'ਚ ਪਾ ਦਿਆ ਕਰਨ। 3 ਸਾਲ ਅਸੀਂ ਕੁਛ ਨਹੀਂ ਮੰਗਦੇ, 3 ਸਾਲ ਅਸੀਂ 23,500 ਵੀ ਨਹੀਂ ਮੰਗਦੇ ਦੋਸਤੋ, 23,500 ਦੇ ਵਿੱਚੋਂ 10% ਕੱਟ ਕੇ ਸਾਡੇ ਖਾਤੇ 'ਚ ਪਾ ਦਿਆ ਕਰਨ, 3 ਸਾਲ ਅਸੀਂ ਆਹੀ ਲੈ ਲਾਂਗੇ। ਜਦੋਂ 3 ਸਾਲ ਹੋ ਜਾਣਗੇ ਸਾਡੇ 'ਤੇ ਸਾਰਾ ਕੁਛ ਆਪੀ ਲਾਗੂ ਹੋਜੂਗਾ। ਕੀ ਲਾਗੂ ਹੋਜੂਗਾ ਧਿਆਨ 'ਚ ਰੱਖੋ, 34% DA ਲਾਗੂ ਹੋਊਗਾ ਸਾਡੇ 'ਤੇ, ਅਤੇ 1,000 ਰੁਪਇਆ ਮੈਡੀਕਲ ਭੱਤਾ ਲਾਗੂ ਹੋਊਗਾ ਸਾਡੇ 'ਤੇ, 8% HRA ਲਾਗੂ ਹੋਊਗਾ ਸਾਡੇ 'ਤੇ, 500 ਰੁਪਏ ਮੋਬਾਈਲ ਭੱਤਾ ਲਾਗੂ ਹੋਊਗਾ ਸਾਡੇ 'ਤੇ, ਅਤੇ ਜੇਕਰ ਸਾਡੇ ਮੁਲਾਜ਼ਮਾਂ ਨੇ ਪੇਂਡੂ ਭੱਤਾ ਲਾਗੂ ਕਰਾ ਲਿਆ ਨਾ ਤਾਂ ਉਹ ਵੀ ਲਾਗੂ ਹੋਊਗਾ। ਜਿਹੜੀ ਨਵੀਂ ਪੈਨਸ਼ਨ ਸਕੀਮ ਚੱਲੀ ਜਾਂਦੀ ਹੈ ਸਾਡੇ 'ਤੇ, ਉਹ ਲਾਗੂ ਹੋਜੂਗੀ, ਸਾਡੇ ਬੰਦੇ ਜਦੋਂ ਰਿਟਾਇਰ ਹੋਣਗੇ ਨਵੀਂ ਪੈਨਸ਼ਨ ਸਕੀਮ ਦੇ ਅਧੀਨ ਲਾਗੂ ਹੋਣਗੇ। ਜੇ ਸਾਡੇ ਮੁਲਾਜ਼ਮਾਂ ਨੇ ਲੜਾਈ ਲੜ ਕੇ ਪੁਰਾਣੀ ਸਕੀਮ ਪੈਨਸ਼ਨ ਬਹਾਲ ਕਰਾ ਲਈ ਤਾਂ ਸਾਡੇ 'ਤੇ ਉਹ ਲਾਗੂ ਹੋਊਗੀ। ਇਹ ਥੋੜ੍ਹੀਆਂ ਜਿਹੀਆਂ ਗੱਲਾਂ ਤੁਹਾਨੂੰ ਜਮ੍ਹਾਂ ਸਿੱਧੀਆਂ ਜਿਹੀਆਂ ਪੰਜਾਬੀ 'ਚ ਊੜੇਆੜੀਆਂ ਵਾਲੇ ਵਾਲੀਆਂ ਗੱਲਾਂ ਦੱਸਤੀਆਂ, ਮੈਂ ਤੁਹਾਨੂੰ ਇਹ ਨੋਟ ਕਰ ਲਓ ਕਾਪੀ 'ਤੇ, ਇਹ ਆ ਬੇਸਿਕ ਫੰਡਾ ਰੈਗੂਲਰ ਹੋਣ ਦਾ। ਸਾਨੂੰ 5% ਇੰਕਰੀਮੈਂਟ ਨਹੀਂ ਚਾਹੀਦਾ, ਸਾਨੂੰ 23,500 ਸਿੱਧੀ ਤਨਖਾਹ ਨਹੀਂ ਚਾਹੀਦੀ, ਇਹਨੂੰ ਲਿਖ ਦਿਓ ਸਾਡੇ ਲੈਟਰ 'ਚ। ਅੱਜ ਵੀਡੀਓ ਫਿਰ ਵੱਡੀ ਹੋ ਜੂਗੀ, ਮੈਨੂੰ ਗੁੱਸਾ ਇਸ ਗੱਲ ਦਾ ਚੜ੍ਹ ਜਾਂਦਾ ਹੈ ਵੀ ਸਾਡੇ ਲੋਕਾਂ ਨੂੰ ਇਹ ਗੱਲ ਦੀ ਸਮਝ ਹੀ ਨਹੀਂ ਆਈ ਵੀ ਰੈਗੂਲਰ ਹੋਣਾ ਹੁੰਦਾ ਕੀ ਹੈ, ਅਸੀਂ ਪੰਜਾਬ ਸਰਕਾਰ ਦੇ ਮੂਹਰੇ ਗੋਡੇ ਕਿਉਂ ਟੇਕ ਰਹੇ ਹਾਂ। ਇਹ ਉਹ ਸਰਕਾਰ ਹੈ ਜਿਹਨੇ ਸਾਨੂੰ ਬਕਾਇਦਾ ਪਾਲਿਸੀ ਦੇ ਅਧੀਨ ਲਿਆ ਕੇ ਪ੍ਰੋਪਰ CSR ਰੂਲ ਦੇ ਅਧੀਨ ਰੈਗੂਲਰ ਕਰਨ ਦੀ ਗੱਲ ਆਖੀ ਆ,
ਉਹਦੇ ਅਧੀਨ ਸਾਡੀਆਂ ਵੈਰੀਫਿਕੇਸ਼ਨਾਂ ਸਾਡੇ ਡਾਕੂਮੈਂਟ ਚੈੱਕ ਹੋਏ ਆ, ਤੁਸੀਂ ਡਾਕੂਮੈਂਟ ਚੈੱਕ ਕਰਾਏ ਆ ਲੋਕੋ, ਤੁਸੀਂ ਇਹ ਗੱਲ ਨੂੰ ਸਮਝਦੇ ਕਿਉਂ ਨਹੀਂ? ਤੁਸੀਂ ਦਫ਼ਤਰਾਂ 'ਚ ਧੱਕੇ ਖਾਧੇ ਆ, ਤੁਸੀਂ ਪੁਰਾਣੇ ਰਿਕਾਰਡ ਲਿਆ ਕੇ ਦਿੱਤੇ ਆ ਸਰਕਾਰ ਨੂੰ, ਉਹ ਰਿਕਾਰਡ ਦੇ ਆਧਾਰ 'ਤੇ ਵੈਰੀਫਿਕੇਸ਼ਨਾਂ ਕਰਾ ਕੇ ਧੱਕੇ ਖਾ ਕੇ ਅੱਜ ਤੁਸੀਂ ਐਂ ਕਹਿੰਦੇ ਹੋ ਵੀ ਸਾਨੂੰ ਆਹ 2500 ਦੇ ਦਿਓ। ਤੁਸੀਂ ਬਸ ਆਹ 4 ਛਿੱਲੜ ਲੈ ਕੇ ਚੁੱਪ ਕਰਨਾ ਚਾਹੁੰਦੇ ਹੋ? ਸਾਨੂੰ ਇਹ 4 ਛਿੱਲੜਾਂ ਤੋਂ ਵੀ ਘੱਟ ਦੇ ਦਿਓ, 2 ਛਿੱਲੜ 2500 ਦੀ ਥਾਂ 'ਤੇ 10% ਕੱਟ ਕੇ ਜਿੰਨਾ ਬਣਦਾ ਉਹ ਦੇ ਦਿਓ, ਅਸੀਂ ਉਹਨੇ ਨਾਲ ਸਬਰ ਕਰ ਲਾਂਗੇ। ਤੁਸੀਂ ਉਹਨਾਂ ਵੀ ਨਹੀਂ ਦੇਣਾ, ਹੋਰ ਪਿੱਛੇ ਲੈ ਜਾਓ। ਅੱਜ ਪੰਜਾਬ ਪੁਲਿਸ ਦੇ ਵਿੱਚ ਜੇ ਕੋਈ ਮੁਲਾਜ਼ਮ ਭਰਤੀ ਹੁੰਦਾ ਉਹਨੂੰ 19,200 ਬੇਸਿਕ ਪੇ ਬਣਦੀ ਆ, ਸਾਨੂੰ ਉਹ ਦੇ ਦਿਓ। 19,200 ਦੇ ਵਿੱਚੋਂ ਵੀ 10% ਕੱਟ ਕੇ ਸਾਡੇ ਖਾਤੇ 'ਚ ਪਾ ਦਿਓ, ਅਸੀਂ ਸਬਰ ਕਰ ਲਾਂਗੇ। ਪਰ ਸਾਨੂੰ ਸਕੇਲ 'ਚ, ਪੇ ਸਕੇਲ 'ਚ ਜੋੜੋ। ਸਾਡੀ ਡਿਮਾਂਡ ਤਾਂ ਹੋਣੀ ਸੀ ਪੇ ਗ੍ਰੇਡ ਦੀ। ਅਸੀਂ ਪੁਰਾਣੇ ਭਰਤੀਆਂ, 15 ਸਾਲ ਹੋ ਗਏ ਸਾਨੂੰ ਧੱਕੇ ਖਾਂਦਿਆਂ ਨੂੰ, ਇਹਨਾਂ ਸਰਕਾਰੀ ਸੰਸਥਾਵਾਂ ਦੇ ਵਿੱਚ ਕੰਮ ਕਰਦਿਆਂ ਨੂੰ, ਸਰਕਾਰ ਨੂੰ ਅਸੀਂ ਕਿੰਨਾ ਕਿੰਨਾ ਕੰਮ ਦਿੱਤਾ। ਸਾਨੂੰ ਗ੍ਰੇਡ ਪੇ ਚਾਹੀਦਾ ਸੀ, ਚਲੋ ਸਰਕਾਰਾਂ ਨੇ ਧੋਖੇ ਨਾਲ ਸਾਡੇ ਤੋਂ ਗ੍ਰੇਡ ਪੇ ਖੋਲੇ ਪੰਜਾਬ ਦੇ ਮੁਲਾਜ਼ਮਾਂ ਤੋਂ। ਪੇ ਸਕੇਲ ਤਾਂ ਦਿਓ ਸਾਨੂੰ, ਸਾਡੀ ਬੇਸਿਕ ਪੇ ਦਿਓ। ਸੋ ਦਫ਼ਤਰੀ ਕਰਮਚਾਰੀ ਇਸ ਗੱਲਾਂ ਨੂੰ ਸਮਝਦੇ ਨੇ। ਮੈਨੂੰ ਫੋਨ ਆਉਂਦੇ ਆ ਡਾਇਰੈਕਟ, ਮਤਲਬ ਹੈੱਡ ਆਫਿਸ ਦੇ ਵਿੱਚੋਂ, ਵੀ ਤੁਹਾਡੀ ਗੱਲ ਜਾਇਜ਼ ਆ, ਤੁਸੀਂ ਇਹਦੇ ਪਹਿਰਾ ਦਿਓ। ਜਿੱਤ ਹਾਰ ਦੀਆਂ ਗੱਲਾਂ ਦੂਰ ਦੀਆਂ ਗੱਲਾਂ ਹੁੰਦੀਆਂ ਨੇਗੀਆਂ। ਉਹਨਾਂ ਵੱਲੋਂ ਮਜ਼ਾਕ ਹੀ ਆ ਵੀ ਸਾਨੂੰ ਇਹ ਕਿਹਾ ਜਾਂਦਾ ਵੀ ਤੁਹਾਡੇ ਅਧਿਆਪਕਾਂ ਦਾ ਤਾਂ 2-3 ਦਿਨ ਦਾ ਸੈਮੀਨਾਰ ਲਾਉਣਾ ਬਣਦਾ, ਵੀ ਰੈਗੂਲਰ ਕਿਵੇਂ ਹੁੰਦੇ ਆ ਇਸ ਤਰ੍ਹਾਂ ਦਾ, ਤੁਹਾਨੂੰ ਤੁਹਾਡੇ ਆਗੂਆਂ ਤੱਕ ਨਹੀਂ ਪਤਾ ਵੀ ਸੈਮੀਨਾਰ ਵੀ ਰੈਗੂਲਰ ਹੋਇਆ ਕਿਵੇਂ ਜਾਂਦਾ। ਫਿਰ ਮੰਗ ਕੀ ਰੱਖੋਗੇ? ਕਈ ਵਾਰ ਸਾਡੀ ਨਾ ਇਸ ਲੜਾਈ ਨੂੰ ਇਸ ਤਰੀਕੇ ਨਾਲ ਡਿਵਰਟ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਆ ਵੀ ਫਲਾਨੀ ਵਾਰ ਇਹ ਨਹੀਂ ਲੜੇ, ਇਸ ਵਾਰੀ ਅਸੀਂ ਵੀ ਨਹੀਂ ਲੜਦੇ। ਜਦੋਂ ਫਲਾਨੀ ਵਾਰ ਅਸੀਂ ਨਹੀਂ ਲੜੇ ਉਦੋਂ ਵੀ ਸਹੀ ਸੀ, ਸਾਡੀ ਉਸ ਨਾਲ ਕੀਤੀ ਜਾ ਰਹੀ ਲੜਾਈ ਦਾ ਸਾਨੂੰ ਅੱਜ 2 ਸਾਲਾਂ ਬਾਅਦ ਸਿੱਟਾ ਮਿਲਿਆ। ਅੱਜ ਜੇ ਅਸੀਂ ਲੜ ਰਹੇ ਹਾਂ ਇਸ ਲੜਾਈ ਦਾ ਸਿੱਟਾ, ਵੀ ਤੁਹਾਨੂੰ 2 ਸਾਲ ਬਾਅਦ ਪਤਾ ਲੱਗੂਗਾ ਵੀ ਅਸੀਂ ਸਹੀ ਹਾਂ ਜਾਂ ਕੌਣ ਗਲਤ ਹੈ ਜਾਂ ਕੌਣ ਸਹੀ ਹੈ, ਇਹਦਾ 2 ਸਾਲ ਬਾਅਦ ਰਿਜ਼ਲਟ ਨਿਕਲੂ। 2 ਸਾਲ ਤਾਂ ਕੀ, ਤੁਹਾਨੂੰ ਸਾਲ ਬਾਅਦ ਹੀ ਪਤਾ ਲੱਗ ਜੂ। ਤੁਸੀਂ ਮਤਲਬ ਚਲੋ ਇਹ ਗੱਲਾਂ ਮੈਂ ਕਰਨੀਆਂ ਨਹੀਂ ਚਾਹੁੰਦੀਆਂ, ਚਾਹੁੰਦਾ ਵੀ ਇਹ ਗੱਲਾਂ ਵਗ ਜਾਂਦੀਆਂ ਨੇ ਆਪਣਿਆਂ ਦੇ ਖਿਲਾਫ, ਆਪਣਿਆਂ ਨੂੰ ਮੈਂ ਨਾਲ ਲੈ ਕੇ ਚੱਲਣਾ ਚਾਹੁੰਦਾ। ਸਿੱਧੀ ਜੀ ਗੱਲ ਹੈ, ਬਸ ਉਹਨਾਂ ਦੀ ਸਮਝ ਬਣ ਜੇ। ਜਿੰਨਾ ਚਿਰ ਉਹਨਾਂ ਦੀ ਸਮਝ ਨਹੀਂ ਨਾ ਬਣਦੀ ਵੀ ਸਾਡੇ ਨਾਲ ਸਰਕਾਰ ਕਿੰਨਾ ਧੋਖਾ ਕਰ ਰਹੀ ਹੈ ਅਤੇ ਅਸੀਂ ਕੀ ਲੈਣਾ ਚਾਹੁੰਦੇ ਹਾਂ, ਉਹਨਾਂ ਚਿਰ ਉਹ ਸਾਡੇ ਨਾਲ ਆ ਵੀ ਨਹੀਂ ਸਕਦੇ। ਇਹ ਸਮਝ ਨਾਲ ਆਊਗਾ, ਬੰਦਾ ਜਿਹੜਾ ਇੱਥੇ ਆਊਗਾ ਸਮਝ ਨਾਲ ਆਊਗਾ। ਅਤੇ ਸਮਝ ਬਣੂਗੀ ਮਿੱਤਰੋ 58 ਸਾਲ ਦੀ ਉਮਰ ਤੱਕ ਝਾਤੀ ਮਾਰ ਕੇ। 58 ਸਾਲ ਤੱਕ ਦੀ ਉਮਰ ਨੂੰ ਝਾਤੀ ਮਾਰੋ। ਤਾਂ ਆਪਾਂ ਨੂੰ ਲੱਗਦਾ ਵੀ ਸਰਕਾਰ ਉਸ ਲੈਟਰ ਦੇ ਵਿੱਚ 4 ਗੱਲਾਂ ਲਿਖ ਦੂ, ਉਹਦੇ ਵਿੱਚ ਲਿਖ ਸਕਦੀ ਹੈ CSR ਰੂਲ ਲਾਗੂ ਹੋਣਗੇ, ਬਸ ਇੰਨਾ ਲਿਖ ਕੇ ਹੋਲ ਹੋ ਜਾਣਗੇ। ਜੇ ਸਾਡੇ ਖਾਤੇ ਦੇ ਵਿੱਚ 23,500 ਸਿੱਧਾ ਪੈਣ ਲੱਗ ਗਿਆ, ਜੋ ਕਟੌਤੀ ਨਾ ਹੋਈ 10%, ਸਾਡੇ ਪ੍ਰਵੇਸ਼ਨ ਲਾਗੂ ਨਾ ਹੋਇਆ, ਸਾਡੇ 'ਤੇ 5% ਇੰਕਰੀਮੈਂਟ ਧੱਕੇ ਨਾਲ ਥੋਪਤਾ, ਤਾਂ ਕਾਹਦੇ CSR ਰੂਲ? ਕਾਹਦੀਆਂ ਆਉਣ ਵਾਲੇ ਟਾਈਮ ਦੇ ਵਿੱਚ ਸੈਟਿੰਗਾਂ ਹੋ ਜਾਣਗੀਆਂ? ਨਹੀਂ ਹੁੰਦੀਆਂ। ਜੇ ਹੋਣਗੀਆਂ ਤਾਂ ਆਹ 23,500 ਜਿਹੜਾ ਹੁਣ ਕਰਿਆ ਇਹਨੂੰ ਸਾਰਾ ਸਿਰੇ ਤੋਂ ਰੱਦ ਕਰਨਾ ਪਊਗਾ, ਪਾਲਿਸੀ ਦੁਬਾਰੇ ਬਣਾਉਣੀ ਪਊਗੀ। ਵਨ ਟਾਈਮ ਪਾਲਿਸੀ ਆ, ਵਨ ਟਾਈਮ ਪਾਲਿਸੀ, ਉਹਦੇ ਵਿੱਚ ਲਿਖਿਆ ਹੋਇਆ ਇਹ। ਸੋ ਜੜ ਨੂੰ ਫੜੋ ਦੋਸਤੋ, ਜੜ ਨੂੰ ਫੜੋ ਵੀ ਗੱਲ ਹੋ ਕੀ ਰਹੀ ਆ। ਹੁਣ ਇਹਦੇ ਵਿੱਚ ਦੇਖੋ, ਇਹ ਮੈਂ ਸਪਸ਼ਟ ਕਹਿਣਾ, ਮੈਂ ਆਪਦੇ ਦਿਲ ਤੇ ਹੱਥ ਧਰ ਕੇ ਕਹਿਣਾ ਵੀ ਜੇ ਇਸ ਪਾਲਿਸੀ 'ਚ ਹੁਣ 14,000 ਬੰਦਾ ਆ ਗਿਆ ਤਾਂ ਸਾਰਾ ਇਸ ਪਾਲਿਸੀ ਦਾ ਸਾਰੇ ਲੋਕ ਵਿਰੋਧ ਨਹੀਂ ਕਰਦੇ, ਉਹਨਾਂ ਨੂੰ ਕਰਨਾ ਵੀ ਨਹੀਂ ਬਣਦਾ ਸਾਰਿਆਂ ਨੂੰ, ਕਿਉਂਕਿ 6,300 ਸਮਥਿੰਗ ਬੰਦਿਆਂ ਦੀ ਤਾਂ ਮੰਗ ਹੀ ਪਾਲਿਸੀ ਦੇ ਵਿੱਚ ਫਿੱਟ ਹੋਣਾ ਸੀ। ਪਾਲਿਸੀ ਦੇ ਰਾਹੀਂ ਕੀ ਦੇ ਰਹੇ ਹੋ ਉਹਨਾਂ ਦਾ ਕੋਈ ਮਤਲਬ ਨਹੀਂ ਇਹ। ਉਹਨਾਂ ਨੂੰ ਉਹਨਾਂ ਦੇ ਵਿਹੜਿਆਂ 'ਚ, ਉਹਨਾਂ ਦੇ ਘਰਾਂ 'ਚ ਰੌਣਕਾਂ DJ ਲੱਗੇ ਨੇ ਔਰ ਲੱਗਣੇ ਵੀ ਬਣਦੇ ਆ, ਕਿਉਂਕਿ ਉਹਨਾਂ ਦੀ ਡਿਮਾਂਡ ਹੀ ਇੱਥੇ ਸੀ ਵੀ ਪਾਲਿਸੀ 'ਚ ਲਿਆਓ ਬਸ, ਸਾਨੂੰ ਹੋਰ ਕੋਈ ਡਿਮਾਂਡ ਹੀ ਨਹੀਂ ਸੀ। ਸਾਡੀ ਡਿਮਾਂਡ ਸੀ ਸਾਨੂੰ ਰੈਗੂਲਰ ਕਰੋ, ਸਰਕਾਰ ਕਹਿੰਦੀ ਤੁਹਾਨੂੰ ਰੈਗੂਲਰ ਕਰਦੇ ਹਾਂ, ਅਸੀਂ 10-year ਪਾਲਿਸੀ ਬਣਾਉਣੇ ਆ। ਅਸੀਂ ਸਵਾਗਤ ਕੀਤਾ 10-year ਪਾਲਿਸੀ ਦੇ ਅਕੋਰਡਿੰਗ, ਅਸੀਂ ਸਾਰਾ ਡਾਟਾ ਆਪਦਾ ਸਰਕਾਰ ਨੂੰ ਦਿੱਤਾ ਸੀ, ਉਹ 'ਚ ਸਿਲੈਕਟ ਹੋਏ ਬੰਦੇ ਹਾਂ, ਅਤੇ ਅੱਜ ਸਾਨੂੰ ਦੁੱਖ ਇਹ ਆ ਵੀ 10-year ਪਾਲਿਸੀ ਦੇ ਅਕੋਰਡਿੰਗ ਸਾਨੂੰ ਸਰਕਾਰ ਪੱਕੇ ਕਰ ਨਹੀਂ ਰਹੀ। ਦੁੱਖ ਇਹ ਆ ਉਸ ਪਾਲਿਸੀ ਦੇ ਅਕੋਰਡਿੰਗ ਸਰਕਾਰ ਸਾਨੂੰ ਕੁਛ ਦੇ ਨਹੀਂ ਰਹੀ, ਸਾਨੂੰ ਉਸ ਪਾਲਿਸੀ ਦੇ ਵਿੱਚ ਲਵੇਟ ਕੇ ਉੱਕਣ ਪੁੱਕਾ 23,500 'ਤੇ ਖੜਾ ਰਹੀ ਆ ਸਰਕਾਰ ਵੀ 5% ਇੰਕਰੀਮੈਂਟ। 23,500 ਦਾ 5% ਇੰਕਰੀਮੈਂਟ ਪਤਾ ਕਿੰਨਾ ਮੈਨੂੰ? 1,175 ਰੁਪਈਏ ਹਰ ਸਾਲ, 1,175 ਰੁਪਈਏ ਜੁੜਦੇ ਜਾਣਗੇ। ਕਿੰਨੇ ਕੁ ਜੁੜ ਜਾਣਗੇ 15 ਸਾਲਾਂ 'ਚ? ਜਿਹੜਾ ਅੱਜ 50 ਸਾਲ ਦਾ ਬੰਦਾ ਹੈ ਉਹਨੂੰ 8 ਸਾਲ ਜੁੜਨਗੇ 5%, ਕਿੰਨੇ 'ਤੇ ਬਗਜੂ? 27,000-28,000 'ਤੇ ਵੀ ਨਹੀਂ ਜਾ ਸਕਦਾ ਬੰਦਾ। ਮੰਨ ਲਓ ਅੱਜ ਤੁਸੀਂ ਲਾ ਲਓ 1,100 ਰੁਪਈਆ ਵਧੂਗਾ, ਜੇ 8 ਸਾਲ ਪਏ ਨੇ ਤਾਂ 8,000 ਵਧਿਆ, 2,300 'ਚ 8,000 ਪਾ ਲਓ, 31,000 ਬਣਿਆ, 31,000 'ਤੇ ਜਾ ਕੇ ਬੰਦਾ ਰਿਟਾਇਰ ਹੋਜੂ, ਕੋਈ ਲਾਭ ਨਹੀਂ।
ਕਿਸੇ ਵੀ ਕਿਸਮ ਦਾ ਲਾਭ ਨਹੀਂ। ਮੈਂ ਬਾਰ ਬਾਰ ਇਹ ਬਾਰ ਬਾਰ ਸਮਝਾਉਣਾ, ਵੀਡੀਓ ਵੱਡੀ ਹੋ ਜਾਂਦੀ ਆ, ਤੁਹਾਨੂੰ ਸੁਣਨੀਆਂ ਪੈਣਗੀਆਂ ਮੇਰੀਆਂ ਗੱਲਾਂ। ਇਹ ਮੇਰੀਆਂ ਗੱਲਾਂ ਤੁਹਾਨੂੰ ਆਪਣੇ ਲੈਪਟਾਪ ਦੇ ਵਿੱਚ, ਆਪਣੇ ਮੋਬਾਈਲ ਦੇ ਵਿੱਚ, ਆਪਣੇ ਕੋਲੇ ਸਾਂਭ ਕੇ ਵੀ ਰੱਖਣੀਆਂ ਪੈਣਗੀਆਂ। ਜਦੋਂ ਤੁਸੀਂ ਕੰਧਾਂ 'ਚ ਟੱਕਰਾਂ ਮਾਰੋਗੇ ਉਦੋਂ ਮੇਰੀਆਂ ਗੱਲਾਂ ਯਾਦ ਆਉਣਗੀਆਂ। ਮੈਂ ਇੱਥੇ ਬੁੱਧੂ ਬਣ ਕੇ ਨਹੀਂ ਬੈਠਾ, ਮੈਂ ਇੱਥੇ ਕੋਈ ਜੋਸ਼ ਚਾ ਕੇ ਵੀ ਨਹੀਂ ਬੈਠਾ, ਮੈਂ ਆਪਣੇ ਉਸ ਕਿਰਦਾਰ ਨੂੰ ਅਸੀਂ ਬਹਾਲ ਕਰਾਉਣ ਬੈਠੇ ਹਾਂ ਜਿਹੜੀ ਸਰਕਾਰ ਨੇ ਸਾਡਾ ਸਮਾਜ 'ਚ ਪੇਸ਼ ਕੀਤਾ ਅਤੇ ਸਾਡੇ ਲੋਕਾਂ ਨੂੰ ਇੱਕ ਹੋਣਾ ਬਣਦਾ। ਅਸੀਂ ਸਰਕਾਰ ਨੂੰ ਗੁਲਾਮੇ ਤੋਂ ਫੜ ਕੇ ਖਿੱਚੀਏ ਵੀ ਸਾਡੇ ਨਾਲ ਐਡਾ ਵੱਡਾ ਧੋਖਾ, ਤੁਸੀਂ ਸਾਨੂੰ ਬੁੱਧੂ ਸਮਝਦੇ ਹੋ? ਅਸੀਂ ਟ੍ਰਿਪਲ ਐਮ ਏ ਬੀ ਐਡ ਬੰਦਿਆਂ ਨੂੰ ਤੁਸੀਂ ਅਨਪੜ੍ਹ ਬਣਾਉਣਾ ਚਾਹੁੰਦੇ ਹੋ ਵੀ ਇਹਨਾਂ ਨੂੰ ਕੁਛ ਪਤਾ ਹੀ ਨਹੀਂ? ਅਤੇ ਮੈਂ ਅੱਜ ਤੁਹਾਨੂੰ ਇਹ ਦੱਸਦਾ ਵੀ ਜੇ ਆਹ ਐਕਸ਼ਨ ਕਰੀ ਜਾਂਦੇ ਹਾਂ ਤਾਂ ਇਹਦੇ ਨਾਲ ਥੋੜ੍ਹੀ ਜਿਹੀ ਇੱਜ਼ਤ ਸਾਡੀ ਬਚ ਗਈ। ਲੋਕੋ, ਜੇ ਅਸੀਂ ਆਹੀ ਸਿੱਧਾ ਖਿੜੇ ਮੱਥੇ ਪ੍ਰਵਾਨ ਕਰ ਲੈਂਦੇ 23,518 ਅਤੇ 15,000 ਤਾਂ ਲੋਕਾਂ ਨੇ ਸਾਨੂੰ, ਸਾਡੇ ਡਿਪਾਰਟਮੈਂਟ ਦੇ ਲੋਕਾਂ ਨੇ ਕਹਿਣਾ ਸੀ ਵੀ ਕਿੰਨੇ ਬੁੱਧੂ ਲੋਕ ਨੇ ਜਿਨ੍ਹਾਂ ਨੂੰ ਅਕਲ ਨਹੀਂ ਹੈ, ਬਸ ਉਹੀ ਝੁੱਕ ਗਏ। ਸਰਕਾਰ ਮੂਹਰੇ ਸਿੱਧਾ ਲਈ ਜਾਂਦੇ ਆ ਅਤੇ ਹੋਰ ਪੀੜ੍ਹੀਆਂ ਵਾਸਤੇ ਪਿਰਤ ਮਾੜੀ ਪਾਈ ਜਾਂਦੇ ਆ। ਸਾਡਾ ਇਹ ਰਿਕਾਰਡ ਬਣਨਾ ਸੀ ਪਰ ਅੱਜ ਅਸੀਂ ਆਵਾਜ਼ ਬੁਲੰਦ ਕਰ ਰਹੇ ਹਾਂ, ਇਹਦੇ ਨਾਲ ਸਾਡੀ ਇੱਜ਼ਤ ਹਜੇ ਰੁਕੀ ਆ, ਸੈੱਟ ਹੋਈ ਆ। ਅਤੇ ਅਸੀਂ ਸਕੂਲਾਂ 'ਚ ਹੁਣ ਜੇ ਤੁਸੀਂ ਅੱਜ ਕਾਫਲੇ ਬੰਨ ਕੇ ਆਓਗੇ ਇੱਥੇ ਗੁੱਸਾ ਕੱਢੋਗੇ ਸਰਕਾਰ ਦੇ ਮੂਹਰੇ, ਤਾਂ 3 ਤਰੀਕ ਨੂੰ ਮਾੜਾ ਜਿਹਾ ਸਿਰ ਚੱਕ ਕੇ ਸਕੂਲ 'ਚ ਵਗ ਜਾਓਗੇ, ਨਹੀਂ ਸਕੂਲ 'ਚ ਜਾਣ ਜੋਗਰੇ ਨਹੀਂ ਰਹੇ ਤੁਸੀਂ। ਤੁਹਾਨੂੰ ਤੁਹਾਡੇ ਨਾਲ ਲੱਗਿਆ ਹੋਇਆ ETT ਟੀਚਰ, ਹੈੱਡ ਟੀਚਰ, ਪ੍ਰਿੰਸੀਪਲ, ਮਾਸਟਰ ਕੇਡਰ ਦੇ ਲੋਕ ਆਖਣਗੇ ਲਿਆ ਏ ਸਰਕਾਰ ਤੋਂ, ਪਾਲਸੀਆਂ 'ਚ ਹੋ ਗਏ ਫਿੱਟ? ਆਹ ਤੁਹਾਡੀ ਸਰਕਾਰ ਆ ਜਿਹਨੂੰ ਤੁਸੀਂ ਵੋਟਾਂ ਪਾਈਆਂ ਸੀ, ਆਹ ਸਰਕਾਰ ਆ ਜਿਹਦੇ ਨਾਲ 9 ਮਹੀਨੇ ਤੁਸੀਂ ਬੈਠਕਾਂ ਕੀਤੀਆਂ, ਅਤੇ ਬੈਠਕਾਂ ਦੇ ਵਿੱਚ ਸਾਡੇ ਆਪਦੇ ਸਾਥੀ ਵੀ ਸਮਝਦੇ ਇਹ ਗੱਲ ਅਤੇ ਅਸੀਂ ਵੀ ਸਮਝਦੇ ਹਾਂ ਵੀ ਸਿੱਖਿਆ ਮੰਤਰੀ ਨੇ, ਹਰਜੋਤ ਬੈਂਸ ਨੇ ਸਾਡੇ ਨਾਲ ਉਹ ਡਿਸਕਸ ਕੀਤੀਆਂ ਪਾਲਿਸੀ ਦੇ ਅਕੋਰਡਿੰਗ ਜਿਹੜੀਆਂ ਸਾਨੂੰ ਬੇਸਿਕ ਪੇ ਦੇਣੀਆਂ ਸੀਗੀਆਂ, ਉਹ ਪੇ ਸਕੇਲ ਸਾਡੇ ਨਾਲ ਡਿਸਕਸ ਕੀਤੇ ਹੋਏ ਨੇ, ਉਹ ਸਾਰੀਆਂ ਗੱਲਾਂ ਅਸੀਂ ਜਾਣਦੇ ਹਾਂ। ਹੁਣ ਸਿੱਖਿਆ ਮੰਤਰੀ ਹਰਜੋਤ ਬੈਂਸ ਨੂੰ ਕਹਿਣਾ ਚਾਹੁੰਦੇ ਹਾਂ ਵੀ ਉਹ ਕਿੱਥੇ ਗਿਆ ਫਿਰ, ਹੁਣ ਕਿੱਧਰ ਡੱਕਰਤਾ ਉਹ ਕਿੱਧਰ? ਪਰ ਹਰਜੋਤ ਬੈਂਸ ਵੀ ਬੇਬਸ ਆ, ਗੱਲੀ ਬਾਤੀ ਉਹ ਸਾਨੂੰ ਸਮਝਾ ਜਾਂਦਾ ਮੈਂ ਕੀ ਕਰਾਂ, ਮੁੱਖ ਮੰਤਰੀ ਦਾ ਗਲਾਮਾ ਫੜੋ ਮੈਨੂੰ ਫੋਨ ਕਰ ਦਿੰਦਾ, ਉਹ ਆਹ ਚੇਂਜ ਕਰਵਾ ਦਿੰਦਾ, ਉਹ ਕਹਿੰਦਾ ਮੇਰਾ ਵੀ ਡਰੀਮ ਪ੍ਰੋਜੈਕਟ ਖਰਾਬ ਕਰਵਾਈ ਜਾਂਦੇ ਨੇ ਇਹ। ਸੋ ਸਰਕਾਰ ਦੇ ਅੰਦਰ ਵੀ ਬਹੁਤ ਕੁਛ ਚੱਲੀ ਜਾਂਦਾ ਲੋਕੋ, ਆਪਾਂ ਨੂੰ ਅੱਗੇ ਵਧਣਾ ਪਊਗਾ, ਜੋਸ਼ ਨਾਲ ਅੱਗੇ ਵਧੋ, ਪਲਾਨ ਨਾਲ ਅੱਗੇ ਵਧੋ, ਸਭ ਤੋਂ ਵੱਡੀ ਗੱਲ ਹੈ ਸਮਝ ਨਾਲ ਅੱਗੇ ਵਧੋ, ਸਮਝ ਨਾਲ ਅੱਗੇ ਵਧੋ। ਲੜਾਈ 2500 ਪੈਸਿਆਂ ਦੀ ਨਹੀਂ ਹੈਗੀ, ਲੜਾਈ 58 ਸਾਲ ਤੱਕ ਜ਼ਿੰਦਗੀ ਜਿਉਣ ਦੀ ਹੈ, ਲੜਾਈ ਆਪਦਾ ਇੱਜ਼ਤ ਮਾਣ ਉਹ ਲੈਣ ਦੀ ਗੱਲ ਹੈ ਜਿਹੜੀ ਸਮਾਜ 'ਚ ਇਹਨਾਂ ਨੇ ਸਾਡਾ ਪੇਸ਼ ਕਰਤਾ, ਉਸ ਇਹਨੂੰ ਲੈਣ ਦੀ ਲੜਾਈ ਆ। ਜੇ ਤੁਸੀਂ ਸਮਝ ਬਣਾ ਗਏ ਤਾਂ ਲੜਾਈ ਜਿੱਤ ਜਾਓਗੇ, ਜੇ ਸਮਝ ਨਾ ਬਣੀ ਤਾਂ ਲੜਾਈ ਨਹੀਂ ਜਿੱਤੀ ਜਾਣੀ। ਗੱਲ ਮੈਂ ਬਸ ਸਾਰੀ ਜੜ ਹੀ ਫੜ ਗਿਆ ਵੀ ਲੜਾਈ ਤਾਂ ਸਮਝ 'ਤੇ ਪਈ ਹੈ, ਇਹ ਨਾ ਹੋਵੇ ਕਿ ਦਫ਼ਤਰੀ ਕਰਮਚਾਰੀਆਂ ਦੀ ਗੱਲ ਸੱਚੀ ਹੋ ਜਾਵੇ ਵੀ ਤੁਹਾਡੇ ਤਾਂ ਸੈਮੀਨਾਰ ਲਾਉਣੇ ਬਣਦੇ ਸੀ ਅਤੇ ਤੁਹਾਡੀ ਸਮਝ ਹੀ ਨਹੀਂ ਸੀ, ਅਸੀਂ ਇੰਨੇ ਮਾੜੇ ਨਾ ਕਹਾਈਏ ਦੋਸਤੋ। ਅੱਜ ਕਾਫਲੇ ਬੰਨ ਕੇ ਆ ਜਾਓ, ਅਗਲੇ ਐਕਸ਼ਨ ਵੀ ਦੇਵਾਂਗੇ। ਇਹ ਤੁਹਾਡੀ ਪਹਿਲੀ ਲੜਾਈ ਸ਼ੁਰੂ ਹੁੰਦੀ ਹੈ, ਪਹਿਲਾਂ ਤਾਂ ਆਪਾਂ ਸਰਕਾਰ ਨੂੰ ਆਪਦਾ ਕਾਠੀ ਦਿਖਾਇਆ ਸੀ, ਅੱਜ ਲੜਾਈ ਸ਼ੁਰੂ ਹੋਊਗੀ ਸਰਕਾਰ ਨਾਲ, ਅਗਲੇ ਐਕਸ਼ਨ ਹੋਣਗੇ ਆਉਣ ਵਾਲੇ ਸਮੇਂ 'ਤੇ। ਸਟੇਟ ਬਾਡੀ ਪ੍ਰੋਪਰ ਅੱਜ ਦੇ ਐਕਸ਼ਨ ਤੋਂ ਬਾਅਦ ਵਿਚਾਰ ਚਰਚਾ ਕਰੂਗੀ, ਆ ਜਾਣਗੇ। ਦੇਖੋ ਮੈਂ ਵਿੱਚ ਦੀ ਗੱਲਾਂ ਜਿਵੇਂ ਉੜ ਜਾਂਦੀਆਂ ਤੁਹਾਨੂੰ ਦੱਸੀ ਜਾਂਦਾ, ਆਹ ਲੈਟਰ ਲੁਟਰ ਜੇ ਆ ਜਾਣਗੇ, ਤਨਖਾਹ ਵਾਧਾ ਆਜੂਗਾ, ਜਲਦੀ ਆਜੂ, 5-10 ਦਿਨਾਂ 'ਚ ਆ ਸਕਦਾ। ਇਹਦੇ ਵਿੱਚ ਕੁਛ ਗੱਲਾਂ ਇਹੋ ਜਿਹੀਆਂ ਵੀ ਲਿਖੀਆਂ ਹੋ ਸਕਦੀਆਂ ਨੇ ਜਿਹੜੀਆਂ ਤੁਹਾਨੂੰ ਲੱਗਣਗੀਆਂ ਵੀ ਆਹ ਲਿਖਤਾ, ਦੇਖੋ ਪਾਲਿਸੀ ਵਾਲੀ ਗੱਲ ਲਿਖਤੀ, ਪਾਲਿਸੀ ਦਾ ਜ਼ਿਕਰ ਕਰਨਗੇ, CSR ਰੂਲ ਦਾ ਜ਼ਿਕਰ ਕਰ ਵੀ ਸਕਦੇ ਨੇ। ਤੁਸੀਂ ਜਿਹੜੇ ਸਾਡੇ ਵਿਰੋਧ 'ਚ ਨੇ ਹੁੱਬ ਹੁੱਬ ਕੇ ਪੇਸ਼ ਵੀ ਕਰਨਗੇ ਉਹਨੂੰ ਵੀ ਦੇਖੋ ਆਹ ਇਹਨਾਂ ਨੂੰ ਅਕਲ ਨਹੀਂ ਹੈਗੀ, ਆਹ ਕਰਤਾ ਆਹ ਕਰਤਾ, ਨਹੀਂ ਉਹਦੇ ਵਿੱਚ ਜਾਂ ਤਾਂ 2-4 ਗੱਲਾਂ ਇਹ ਲਿਖਾ ਲਿਓ ਵੀ 23,500 ਪੇ ਸਕੇਲ ਦੇ ਅਕੋਰਡਿੰਗ ਬੇਸਿਕ ਪੇ ਮੰਨੀ ਜਾਂਦੀ ਹੈ, ਹੁਣ ਇਹਨਾਂ ਨੂੰ ਇਹਦਾ 10% ਕੱਟ ਕੇ 2,350 ਰੁਪਏ ਕੱਟ ਕੇ ਇਹਨਾਂ ਦੇ ਅਕਾਊਂਟ 'ਚ ਪਾਏ ਜਾਣਗੇ। 3 ਸਾਲ ਦਾ ਇਹਨਾਂ 'ਤੇ ਪ੍ਰੋਬੇਸ਼ਨ ਪੀਰੀਅਡ ਲਾਗੂ ਕੀਤਾ ਜਾਂਦਾ ਅੱਜ ਤੋਂ, ਅਤੇ ਫਿਰ ਇਹਨਾਂ ਨੂੰ ਪ੍ਰੋਪਰ 34% DA ਦਿੱਤਾ ਜਾਊਗਾ ਪ੍ਰੋਬੇਸ਼ਨ ਤੋਂ ਬਾਅਦ। ਜੇ ਸਾਡਾ ਹੋਰ ਵੱਧ ਗਿਆ, ਹੁਣ 4-6% ਸਾਡਾ ਇਹ ਦੱਬੀ ਬੈਠੇ ਨੇ, 40% ਬਣਦਾ, ਉਹਦੀ ਵੀ ਲੜਾਈ ਲੜਨਗੇ ਸਾਡੇ ਪੰਜਾਬ ਦੇ ਮੁਲਾਜ਼ਮ, ਅਤੇ HRA ਦਿਓ ਸਾਨੂੰ, ਇਹ ਮਿਲਣਗੀਆਂ, ਇਹ ਗੱਲਾਂ ਜਾ ਰਹੀਆਂ ਉਹਦੇ ਵਿੱਚ ਲਿਖਾਓ। ਜੇ ਇਹ ਗੱਲਾਂ ਸਾਰੀਆਂ ਨਹੀਂ ਵੀ ਲਿਖਾਉਣੀਆਂ, ਸਿਰਫ ਇੰਨੀ ਗੱਲ ਲਿਖਾ ਦਿਓ ਜੇ ਤੁਸੀਂ, ਤੁਹਾਨੂੰ ਲੱਗਦਾ ਵੀ ਸਰਕਾਰ ਦੇ ਨਾਲ ਸਾਡੀ ਗੱਲ ਹੈ ਅਤੇ ਸਹੀ ਕਰ ਰਹੀ ਹੈ ਸਰਕਾਰ, ਜੇ ਤੁਸੀਂ ਧੰਨਵਾਦ ਕਰ ਰਹੇ ਹੋ ਸਰਕਾਰ ਦਾ, ਸਿਰਫ ਇੰਨੀ ਗੱਲ ਲਿਖਾ ਦਿਓ ਲੈਟਰ 'ਚ ਵੀ 23,500 ਇਹਨਾਂ ਦੀ ਪੇ ਸਕੇਲ ਦੇ ਅਕੋਰਡਿੰਗ ਬੇਸਿਕ ਪੇ ਹੈ, ਇਹਦਾ 10% ਕੱਟ ਕੇ ਇਹਨਾਂ ਦੇ ਖਾਤੇ 'ਚ ਪਾਵਾਂਗੇ, ਬਾਕੀ ਭੱਤੇ ਬਾਕੀ ਬੈਨੀਫਿਟਸ ਨੇ ਜਿਹੜੇ ਉਹ ਲਾਗੂ ਕਰਨ ਲਈ ਇੱਕ ਲੈਟਰ ਹੋਰ ਕੱਢਾਂਗੇ, ਇੰਨੀ ਗੱਲ ਲਿਖਾ ਦਿਓ, ਅਸੀਂ ਤੁਹਾਡੀ ਗੱਲ ਮੰਨ ਲਾਂਗੇ। ਜੇ ਇਕੱਲੀਆਂ ਪਾਲਿਸੀ ਦੀਆਂ ਗੱਲਾਂ ਲਿਖਤੀਆਂ, ਹੋਰ ਟੇਢੇ ਮਿੰਗੇ ਸ਼ਬਦ ਲਿਖਤੇ, ਉਹ ਸਾਨੂੰ ਹਜ਼ਮ ਨਹੀਂ ਹੁੰਦੇ। 5% ਇੰਕਰੀਮੈਂਟ ਨਾਲ ਲਿਖਾਓ, ਸਾਡਾ ਲੋੜ ਨਹੀਂ, ਜਿੱਦੇ ਪ੍ਰੋਬੇਸ਼ਨ ਪੂਰਾ ਹੋ ਗਿਆ ਸਾਡੇ ਤੇ CSR ਰੂਲ ਦੇ ਅਕੋਰਡਿੰਗ, ਪੰਜਾਬ ਸਰਕਾਰ ਦੇ ਮੁਲਾਜ਼ਮਾਂ ਦੇ ਰੂਲ ਦੇ ਅਕੋਰਡਿੰਗ 3% ਇੰਕਰੀਮੈਂਟ ਸਾਡੇ ਤੇ ਆਪਣੇ ਆਪ ਲਾਗੂ ਹੋਊਗਾ, ਅਸੀਂ 5% ਇੰਕਰੀਮੈਂਟ ਨਹੀਂ ਲੈਣਾ।
ਸੋ ਮੇਰੀ ਗੱਲ ਜੇ ਹੁਣ ਪੱਲੇ ਪੈ ਗਈ ਹੋਈ ਖੋਪੜ 'ਚ ਤਾਂ ਸਮਝਿਓ, ਚਿੰਤਨ ਕਰਿਓ ਆਪਣੀਆਂ ਨਸਲਾਂ ਨੂੰ ਬਚਾਉਣ ਲਈ, ਆਪਣੇ ਬੱਚਿਆਂ ਨੂੰ ਇਹ ਗੱਲ ਕਹਿਣ ਲਈ ਵੀ ਅਸੀਂ ਸਹੀ ਗੱਲ 'ਤੇ ਲੜੇ, ਗਲਤ ਗੱਲ 'ਤੇ ਲੜਨਾ ਨਹੀਂ ਚਾਹੀਦਾ। ਮੈਂ ਅੱਜ ਵੀ ਕਹਿਣਾ, ਜਦੋਂ ਅਸੀਂ ਗਲਤ ਗੱਲ 'ਤੇ ਲੜੇ ਅਸੀਂ ਉਦੋਂ ਵੀ ਕੰਧਾਂ 'ਚ ਟੱਕਰਾਂ ਮਾਰੀਆਂ, ਅੱਜ ਅਸੀਂ ਸਹੀ ਗੱਲ 'ਤੇ ਨਹੀਂ ਲੜ ਰਹੇ, ਅਸੀਂ ਹੁਣ ਵੀ ਕੰਧਾਂ 'ਚ ਟੱਕਰਾਂ ਮਾਰਾਂਗੇ ਜੇ ਲੜਾਈ ਨਾ ਲੜੀ। ਇਹ ਗੱਲਾਂ ਯਾਦ ਆਉਣਗੀਆਂ ਆਉਣ ਵਾਲੇ ਸਮੇਂ 'ਚ, ਆਉਣ ਵਾਲੇ ਸਮੇਂ 'ਚ ਖਾਨਿਆਂ 'ਚ ਵੜਨਗੀਆਂ ਜਦੋਂ ਕੰਧਾਂ 'ਚ ਟੱਕਰਾਂ ਮਾਰੋਗੇ। ਹੁਣ ਅੱਗੇ ਤੁਹਾਡੇ ਭਵਿੱਖ ਦਾ, ਤੁਹਾਡਾ, ਤੁਹਾਡੇ ਬੱਚਿਆਂ ਦਾ ਫੈਸਲਾ ਤੁਹਾਡੇ ਹੱਥ ਹੈ। ਕਿਵੇਂ ਲੜਾਈ ਲੜਨੀ ਹੈ, ਕਿਵੇਂ ਜਿੱਤਣੀ ਹੈ, ਗੋਡੇ ਟੇਕਣੇ ਆ ਜਾਂ ਇਸ ਮੁੱਖ ਮੰਤਰੀ ਦੇ ਅੱਗੇ ਨੀਵਾਂ ਹੋਣਾ, ਇਹ ਤੁਹਾਡੇ ਹੱਥ ਹੈ। ਅੱਜ ਦੀ ਲੜਾਈ ਅਗਲਾ ਫੈਸਲਾ ਕਰੂਗੀ। ਬਹੁਤ ਬਹੁਤ ਧੰਨਵਾਦ।